ਗੁਰਾਇਆ ਵਿਖੇ ਗੁਰਦੁਆਰਾ ਬਾਬਾ ਸੰਘ ਜੀ ਦੇ ਪਵਿੱਤਰ ਅਸਥਾਨ ਸੰਘ ਤੇਸੀਆਂ ਵਿਖੇ ਮਨਾਏ ਜਾ ਰਹੇ ਖਾਲਸਾ ਪੰਥ ਸਾਜਨਾ ਦਿਵਸ ਵਿਸਾਖੀ ਪੁਰਬ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਲਖਵੰਤ ਸਿੰਘ ਭੁੱਲਾ ਰਾਏ ਵੱਲੋਂ ਇਲਾਕੇ ਦੀਆਂ ਸੰਗਤਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ਵਿਸਾਖੀ ਪੁਰਬ ਸਮੇਂ ਹੋਣ ਵਾਲੇ ਪ੍ਰਬੰਧਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 13 ਅਪ੍ਰੈਲ ਨੂੰ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਰਾਤ ਸਮੇਂ ਧਾਰਮਿਕ ਦੀਵਾਨ ਸਜਾਏ ਜਾਣਗੇ। 14 ਅਪ੍ਰੈਲ ਨੂੰ ਬਾਬਾ ਸੰਘ ਜੀ ਦੇ ਅਸਥਾਨ ਤੇ ਖਾਲਸਾ ਪੰਥ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਉਹਨਾਂ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਅੱਜ ਬਾਬਾ ਸੰਘ ਦੀ 400 ਪ੍ਰਾਪਤ ਗੁਰਦੁਆਰਾ ਬਾਬਾ ਸੰਘ ਢੇਸੀਆਂ ਵਿਖੇ ਵਿਸਾਖੀ ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਪਿੰਡ ਦੀ ਪੰਚਾਇਤ, ਪਿੰਡ ਦੇ ਪਦਵੰਤੇ ਸੰਜ, ਇਲਾਕੇ ਦੇ ਮੋਹਤਵਾਰ ਆਗੂ ਪਹੁੰਚੇ ਅਤੇ ਬਾਬਾ ਸੰਘ ਦਸਤਾਰ ਕਲੱਬ ਵੱਲੋਂ ਗੁਰਪੁਰਬ ਨਗਰ ਕੀਰਤਨ ਵਾਲੇ ਦਿਨ 13 ਅਪ੍ਰੈਲ 2019 ਨੂੰ ਇੱਕ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਹੈ, ਜਿਸ ਵਿੱਚ ਹਰੇਕ ਸਾਲ ਦੀ ਤਰ੍ਹਾਂ ਬਹੁਤ ਹੀ ਬੱਚੇ ਇਸ ਵਿੱਚ ਭਾਗ ਲੈਣ ਲਈ ਪਹੁੰਚ ਰਹੇ ਹਨ। ਇਸ ਸ਼ੁਭ ਅਵਸਰ ਦੇ ਉੱਤੇ ਇਲਾਕੇ ਦੇ ਸਭ ਨੌਜਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਇਸ ਦਸਤਾਰ ਮੁਕਾਬਲੇ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਿੰਦਰ ਸਿੰਘ ਲੱਲੀਆਂ, ਸਾਬਕਾ SGPC ਮੈਂਬਰ ਨੇ ਦੱਸਿਆ, ਅੱਜ ਬਾਬਾ ਸੰਘ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਖਾਲਸਾ ਪੰਥ ਦਾ ਜਿਹੜਾ ਸਾਜਨਾ ਦਿਵਸ ਹੈ ਵਿਸਾਖੀ ਵਾਲੇ ਦਿਨ, ਉਸ ਨੂੰ ਮਨਾਉਣ ਵਾਸਤੇ ਸਾਰੇ ਜਥੇਦਾਰ ਸਾਹਿਬਾਨ, ਸਾਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਲੰਗਰ ਨੂੰ ਲੈ ਕੇ ਔਰ ਪਾਰਕਿੰਗ ਨੂੰ ਲੈ ਕੇ ਔਰ ਸਟੇਜ ਦੀ ਕਾਰਵਾਈ ਨੂੰ ਲੈ ਕੇ ਜਿਹੜੀਆਂ ਸਾਰੀਆਂ ਸਲਾਹਾਂ ਕੀਤੀਆਂ ਗਈਆਂ ਔਰ ਜਿਹੜੀਆਂ ਬੜੀਆਂ ਸਰਬਸੰਮਤੀ ਦੇ ਨਾਲ ਪਾਸ ਕੀਤੀਆਂ, ਜਿਹੜੀਆਂ ਪਿਛਲੇ ਸਾਲ ਚੁਣੌਤੀਆਂ ਸੀ ਜਾਂ ਜਿਹੜੀਆਂ ਮੁਸ਼ਕਲਾਂ ਸੀ ਉਹਨਾਂ ਦਾ ਇਸ ਵਾਰ ਹੱਲ ਕੀਤਾ ਗਿਆ। ਔਰ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜਿਹੜੇ ਜੇਬ ਕਤਰੇ ਘੁੰਮਦੇ ਆ ਜਾਂ ਜਿਹੜੇ ਮਾੜੇ ਆਂਸਰ ਕਈ ਵਾਰੀ ਮੇਲੇ ਨੂੰ ਖਰਾਬ ਕਰਨਾ ਚਾਹੁੰਦੇ ਆ, ਉਹਨਾਂ ਦਾ ਖਾਸ ਪ੍ਰਬੰਧ ਕੀਤਾ ਜਾਵੇ। ਅਤੇ ਇਸ ਮੌਕੇ ਉੱਤੇ ਅਸੀਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਆਪਣੇ ਹਲਕੇ ਦੇ ਅੰਦਰ ਬਹੁਤ ਹੀ ਪਵਿੱਤਰ ਸਥਾਨ ਬਾਬਾ ਸੰਘ ਜੀ ਦਾ ਸਥਾਨ ਹੈ, ਇੱਥੇ ਹਰੇਕ ਸਾਲ ਖਾਲਸਾ ਦਾ ਸਾਜਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਇਸ ਸਾਲ ਵੀ ਇਸ ਦਿਨ ਰਾਗੀ ਢਾਡੀ ਕਮਿਸ਼ਨ ਜਿਹੜੇ ਆ ਸਾਰੇ ਆ ਕੇ ਸੰਗਤਾਂ ਨੂੰ ਬਾਣੀ ਔਰ ਇਤਿਹਾਸ ਸੁਣਾ ਕੇ ਸਰਵਣ ਕਰਾਉਣਗੇ। ਸਭ ਸੰਗਤਾਂ ਨੂੰ ਹੁਕਮ ਹੈ, ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਆ ਕੇ ਹਮ ਹਮਾ ਕੇ ਜਿਹੜਾ ਪੂਜਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਸ ਮੌਕੇ ਹਰਜਿੰਦਰ ਸਿੰਘ ਲੱਲੀਆਂ, ਸਾਬਕਾ SGPC ਮੈਂਬਰ, ਅਮਰਜੀਤ ਸਿੰਘ ਸੰਧੂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ, ਬਲਵਿੰਦਰ ਸਿੰਘ ਪਿੰਦਾ, ਜਗਜੀਤ ਸਿੰਘ ਟੇਸੀ ਸਰਪੰਚ, ਅਮਰਜੀਤ ਸਿੰਘ ਟੇਸੀ ਬੈਂਕ ਮੈਨੇਜਰ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ। ਗੁਰਾਇਆ ਤੋਂ ਬਿੰਦਰ ਸੁਮਨ ਦੀ ਰਿਪੋਰਟ। ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।